ਸਰ ਸਭ ਤੋਂ ਪਹਿਲਾਂ ਪਰਿਵਾਰ ਨੂੰ ਮਿਲਣ ਆਏ ਸੀ ਕੀ ਗੱਲਬਾਤ ਹੋਈ ਨਹੀਂ ਨਹੀਂ ਪਰਿਵਾਰ ਨੂੰ ਮਿਲਣ ਆਏ ਸੀ ਪਹਿਲੀ ਗੱਲ ਤੇ ਹੈ ਕਿ ਉਸ ਦਿਨ ਜਿਹੜੀ ਘਟਨਾ ਹੋਈ ਬਹੁਤ ਮਾੜੀ ਘਟਨਾ ਹੋਈ ਨਿੰਦਨਯੋਗ ਘਟਨਾ ਹੋਈ ਬੰਦਾ ਮਤਲਬ ਪਰਦੇਸਾਂ ਦੇ ਵਿੱਚੋਂ ਆਉਂਦਾ ਆਪਣੇ ਬੱਚਿਆਂ ਦੀ ਸ਼ਾਦੀ ਲਈ ਆਉਂਦਾ ਤੇ ਜੇ ਇੱਥੇ ਆ ਕੇ ਕੋਈ ਗੜਬੜ ਹੋ ਜਾਂਦੀ ਹੈ ਤੇ ਪਰਿਵਾਰ ਵੀ ਪਰੇਸ਼ਾਨ ਹੁੰਦਾ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਸਾਰੇ ਪਰੇਸ਼ਾਨ ਹੁੰਦੇ ਆ ਸੋ ਮੈਂ ਮਤਲਬ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪਰਿਵਾਰ ਨੂੰ ਮਿਲਿਆ ਭੈਣ ਜੀ ਨੂੰ ਮਿਲਿਆ ਭਰਾ ਜੀ ਨੂੰ ਤੇ ਇਹਨਾਂ ਨੂੰ ਇਹੀ ਵਿਸ਼ਵਾਸ ਕਿ ਹੁਣ ਤੱਕ ਜਿੰਨੀ ਸਾਡੀ ਪੁਲਿਸ ਨੇ ਕਾਰਵਾਈ ਕੀਤੀ ਹੈ ਉਹ 12 ਬੰਦੇ ਜਿਹੜੇ ਫੜੇ ਬਾਕੀ ਬੰਦੇ ਵੀ ਫੜ ਲੈਣੇ ਤੁਸੀਂ ਸਾਰੇ ਮੀਡੀਆ ਦੇ ਬੜੇ ਸਿਆਣੇ ਹੋ ਜਿਸ ਦਿਨ ਇਹ ਘਟਨਾ ਵਾਪਰੀ ਉਦੋਂ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਘਟਨਾ ਸੀਗੀ ਜਿਹਦੇ ਕਰਕੇ ਸਾਰੇ ਫੋਰਸ ਦਾ ਧਿਆਨ ਉਧਰ ਸੀਗਾ ਪਰ ਹੁਣ ਸਾਡਾ ਸਾਰਾ ਧਿਆਨ ਇੱਧਰ ਹੈ ਅਸੀਂ ਕੋਈ ਵੀ ਬੰਦਾ ਇਸ ਚੀਜ਼ ਦੇ ਵਿੱਚ ਜਿਹੜਾ ਦਬਾਉਂ ਹਰ ਬੰਦੇ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਲਾਖਾਂ ਦੇ ਪਿੱਛੇ ਭੇਜਾਂਗੇ ਔਰ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਪੰਜਾਬ ਤੁਹਾਡਾ ਤੁਸੀਂ ਕਦੀ ਵੀ ਨਹੀਂ ਸੋਚਣਾ ਕਿ ਦੁਬਾਰਾ ਨਹੀਂ ਹੋਣਾ ਤੁਸੀਂ ਬਾਰ ਬਾਰ ਆਉਣਾ ਜਦੋਂ ਵੀ ਹੋਣਾ ਅਸੀਂ ਤਾਂ ਰੋਜ਼ ਕਹਿੰਦੇ ਹਾਂ ਕਿ ਮਾਨ ਸਾਹਿਬ ਪੰਜਾਬ ਦੇ ਚੀਫ ਮਿਨਿਸਟਰ ਨੇ ਮੈਂ ਉਹਨਾਂ ਦੇ ਨਾਲ ਇਹਨਾਂ ਦੇ ਡਿਪਾਰਟਮੈਂਟ ਦਾ ਮੇਰੇ ਕੋਲ ਮਹਿਕਮਾ ਰੋਜ਼ ਹੀ ਮੇਰੇ ਕੋਲ ਚੰਡੀਗੜ੍ਹ ਅਮਰੀਕਾ ਤੋਂ ਕਨੇਡਾ ਤੋਂ ਇੰਗਲੈਂਡ ਤੋਂ ਇਹਨਾਂ ਦਾ ਭਰਾ ਮਿਲਣ ਆਉਂਦੇ ਆ ਉਹਨਾਂ ਦੀ ਬੜੀ ਪ੍ਰੋਬਲਮ ਹੁੰਦੀ ਆ ਰੋਜ਼ ਉਹਨਾਂ ਦੀ ਗੱਲ ਕਰਦੀ ਆ ਇਹੀ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣ ਆਇਆ ਸੀਗਾ ਔਰ ਇਹ ਵੀ ਇਸ ਗੱਲ ਤੇ ਖੁਸ਼ ਨੇ ਕਿ ਪੁਲਿਸ ਨੇ ਜਿੰਨੀ ਹੁਣ ਤੱਕ ਕਾਰਵਾਈ ਕੀਤੀ ਆ ਵੀ ਤਸੱਲੀ ਬਖਸ਼ਿਆ ਔਰ ਇਹ ਕਹਿੰਦੇ ਕਿ ਇਸ ਗੱਲ ਦੀ ਸਾਨੂੰ ਬੜੀ ਖੁਸ਼ੀ ਹੈ ਕਿ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਇਹਦੇ ਚ ਕੋਈ ਦਖਲਦਾਰੀ ਨਹੀਂ ਕਰਾਂਗੇ ਔਰ ਜੋ ਸਾਡੇ ਅਫਸਰ ਜਿਹੜੇ ਆ ਇਨਸਾਫ ਜਿਹੜਾ ਕਰਨਗੇ ਜੋ ਸਹੀ ਮਤਲਬ ਉਸ ਦੇ ਫੜ ਕੇ ਅੰਦਰ ਦੇ ਪਰ ਇਹਨਾਂ ਦਾ ਰੋਲ ਸੀਗਾ ਕਿ ਜਿਹੜੇ ਸਾਡੇ ਇਹਨਾਂ ਦੇ ਬੰਦੇ ਦੇ ਉੱਤੇ ਜਿਹੜੇ ਪਰਚੇ ਦਰਜ ਹੋਏ ਉਹ ਕੈਨਸਲ ਕੀਤੇ ਜਾਣ ਅਸੀਂ ਸਾਰੀਆਂ ਚੀਜ਼ਾਂ ਵਿਚਾਰ ਲਈ ਬੈਠ ਕੇ ਪਰਿਵਾਰ ਦੇ ਨਾਲ ਸਾਡੇ ਐਸਆਈਟੀ ਦੇ ਮੁਖੀ ਨਾਲ ਬੈਠੇ ਇਹਨਾਂ ਨੂੰ ਕਿਹਾ ਕੱਲ ਵੀ ਸਾਡੀ ਮੀਟਿੰਗ ਹੋਈ ਕਿ ਜੋ ਵੀ ਜਿੱਦਾਂ ਵੀ ਪਰਿਵਾਰ ਦੇ ਤਸੱਲੇ ਪਹਿਲੀ ਗੱਲ ਤੇ ਹੈ ਕਿ ਪਰਿਵਾਰ ਦਾ ਇਹਨਾਂ ਦਾ ਹੀ ਕੋਈ ਨੀ ਕਹਿੰਦੇ ਕੇਸ ਨੀ ਕਰ ਉਹ ਜੋ ਇਹਨਾਂ ਦੇ ਰਿਸ਼ਤੇਦਾਰ ਜਿਹੜੇ ਇਨਵਾਈਟੀ ਆ ਸੱਤ ਚੀਜ਼ਾਂ ਐਸੇ ਠੀਕ ਕਰ ਦਾਂਗੇ ਕੋਈ ਗੱਲ ਨੀ ਉਹਦੀ ਜਾਂਚ ਹੋ ਰਹੀ ਹੈ ਅਸੀਂ ਜਾਂਚ ਕਰਦੇ ਉਹਨਾਂ ਨੂੰ ਕਹਿਤਾ ਕਿ ਕਿਸੇ ਤੇ ਵੀ ਜਿਹਨਾਂ ਲੋਕਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਜੇ ਕਿਤੇ ਪਹਿਲੀਆਂ ਸਰਕਾਰਾਂ ਇਹਨਾਂ ਨੂੰ ਕਿਤੇ ਸਜ਼ਾ ਦੇ ਦਿੰਦੀਆਂ ਅੱਜ ਇਹਨਾਂ ਨੂੰ ਇਹ ਦਿਨ ਨਹੀਂ ਵੇਖਣੇ ਪਰ ਸਰ ਇਹ ਜਿਹੜਾ ਮੈਂ ਸਮਝਦਾ ਕਿ ਅਸੀਂ ਹੁਣ ਮਤਲਬ ਇਹਨਾਂ ਬੰਦਿਆਂ ਨੂੰ ਇਦਾਂ ਦੀ ਮਤਲਬ ਸਜ਼ਾ ਦੇਣੀ ਚਾਹੁੰਦੇ ਹਾਂ ਅੱਗੇ ਤੋਂ ਕਿਸੇ ਨੂੰ ਇਦਾਂ ਦੀ ਪ੍ਰੋਬਲਮ ਤਲਵਾ ਸਾਹਿਬ ਇੱਕ ਪਰ ਇਹ ਜਿਹੜਾ ਹੋ ਰਿਹਾ ਕਿ ਸ਼ਰਾਬ ਵੰਡਣਾ ਏਰੀਆ ਵੰਡੇ ਹੋਣੇ ਇਹ ਕੋਈ ਹੈ ਕੋਈ ਨਹੀਂ ਨਹੀਂ ਬਿਲਕੁਲ ਗਲਤ ਹੈ ਦੂਜੀ ਗੱਲ ਆ ਕਿ ਜਿਹੜੇ ਠੇਕੇਦਾਰਾਂ ਦੇ ਕਰਿੰਦੇ ਜਾ ਕੇ ਚੈਕਿੰਗ ਕਰਦੇ ਇਹ ਬਿਲਕੁਲ ਹੀ ਗਲਤ ਹੈ ਬਿਲਕੁਲ ਗਲਤ ਹੈ ਉਹ ਜੇ ਉਹਨਾਂ ਨੇ ਚੈਕਿੰਗ ਕਰਦੀ ਉੱਥੇ ਐਕਸਾਈਜ ਇੰਸਪੈਕਟਰ ਨਾਲ ਹੋਣਾ ਚਾਹੀਦਾ ਡਿਊਟੀ ਨਾਲ ਹੋਣਾ ਚਾਹੀਦਾ ਐਸਪੀ ਨਾਲ ਹੋਣਾ ਚਾਹੀਦਾ ਲੋਕਲ ਪੁਲਿਸ ਨਾਲ ਹੋਣੀ ਚਾਹੀਦੀ ਆ ਜਿਹੜੇ ਏਰੀਏ ਚ ਜਾਂਦੇ ਆ ਉੱਥੇ ਲੋਕਲ ਪੁਲਿਸ ਆਵੇ ਅਸੀਂ ਉਹਨਾਂ ਦੀ ਇਹ ਨਹੀਂ ਕਿ ਉਹਨਾਂ ਠੇਕੇ ਲਏ ਆ ਅਸੀਂ ਉਹਨਾਂ ਦੇ ਵੀ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਕੋਈ ਘਾਟਾ ਪਵੇ ਪਰ ਜਿਹੜਾ ਕਾਨੂੰਨ ਹੈ ਉਹ ਸਰ ਜਿੱਦਾਂ ਮਰਜ਼ੀ ਵੱਡਾ ਠੇਕੇਦਾਰ ਹੋਵੇ ਛੋਟਾ ਹੋਵੇ ਕਾਨੂੰਨ ਨੂੰ ਫਾਲੋ ਕਰਨਾ ਪਊਗਾ ਇੱਕ ਬੰਦਾ ਬਿੱਲ ਦੇ ਕੇ ਇੱਕ ਬੰਦਾ ਪੈਸੇ ਦੇ ਕੇ ਬਿੱਲ ਕਟਾ ਕੇ ਕੁਛ ਵੀ ਚੀਜ਼ ਲੈ ਰਿਹਾ ਪਰ ਉਹਦੇ ਵਾਸਤੇ ਵੀ ਉਸ ਤੋਂ ਬਾਅਦ ਇਲਾਕਾ ਦੇਖਣਾ ਪਏਗਾ ਉਹਨੂੰ ਨਹੀਂ ਨਹੀਂ ਇਹ ਬਿਲਕੁਲ ਇਹ ਜਿਹੜਾ ਸਿਸਟਮ ਇਹਨਾਂ ਨੇ ਬਣਾਇਆ ਨਾ ਇਹਦੇ ਬਾਰੇ ਚ ਸਾਡੇ ਐਕਸਾਈਜ਼ ਮਿਨਿਸਟਰ ਚੀਮਾ ਸਾਹਿਬ ਨੇ ਉਹਨਾਂ ਨਾਲ ਮੈਂ ਗੱਲ ਵੀ ਮੇਰੀ ਹੋਈ ਆ ਤੇ ਅਸੀਂ ਹੁਣ ਬੈਠ ਕੇ ਵੀ ਗੱਲ ਕਰਾਂ ਸਰਕਾਰ ਜਿਹੜੀ ਇਹ ਚੀਜ਼ਾਂ ਜਿਹੜੀਆਂ ਇਹ ਬੰਦ ਕੀਤੀਆਂ ਜਾਣੇ ਸਰਕਾਰ ਜਿਹੜੀ ਪੁਲਿਸ ਦਾ ਰੋਲ ਜਿਹੜਾ ਸੀਗਾ ਪੁਲਿਸ ਦੇ ਰੋਲ ਤੇ ਰੋਕ ਉਠਾਈ ਗਈ ਸੀ ਐਲਏ ਪ੍ਰਮਾਣ ਵੱਲੋਂ ਵੀ ਪੁਲਿਸ ਦਾ ਰੋਲ ਸਹੀ ਨਹੀਂ ਰਿਹਾ ਨਹੀਂ ਨਹੀਂ ਉਹ ਵੇਖੋ ਜਦੋਂ ਘਟਨਾ ਵਾਪਰਦੀ ਹੈ ਨਾ ਉਦੋਂ ਠੀਕ ਸੀ ਇਹਨਾਂ ਦਾ ਵਿਚਾਰਿਆਂ ਦਾ ਰੋਜ਼ ਠੀਕ ਸੀਗਾ ਪਰ ਸੇਮ ਟਾਈਮ ਤੇ ਇੱਕ ਬਹੁਤ ਵੱਡਾ ਇਸ਼ੂ ਸੀਗਾ ਅੰਮ੍ਰਿਤਸਰ ਲਈ ਪੰਜਾਬ ਲਈ ਬਹੁਤ ਵੱਡਾ ਪੰਜਾਬ ਲਈ ਚਿੰਤਾ ਦਾ ਵਿਸ਼ਾ ਸੀਗਾ ਸਾਰੀ ਫੋਰਸ ਦਾ ਉਦੋਂ ਧਿਆਨ ਸੀਗਾ ਬਟ ਜੋ ਵੀ ਉਦੋਂ ਫਰੀ ਹੋਈ ਹੈ ਪੁਲਿਸ ਸਾਰੀ ਇੱਧਰ ਲੱਗ ਗਈ ਪਰਿਵਾਰ ਨੇ ਵੀ ਦੋ ਦਿਨ ਬਾਅਦ ਹੀ ਪ੍ਰੈਸ ਕਾਨਫਰੰਸ ਵੀ ਸਮਝਦਾ ਸੀਗਾ ਕਿ ਇੰਸੀਡੈਂਟ ਵੱਡਾ ਹੋਇਆ ਵੱਡਾ ਹੋਇਆ ਜਿਹੜੀ ਮੈਂ ਸਵਾਲ ਇਹ ਹੈ ਕਿ
ਲੋਕਾਂ ਨੂੰ ਅਜੇ ਵੀ ਇਸ ਗੱਲ ਨੂੰ ਲੈ ਕੇ ਡਰਾਇਆ ਕਿ ਠੇਕੇਦਾਰ ਨਾ ਆ ਜਾਣ, ਕਰਿੰਦੇ ਨਾ ਆ ਜਾਣ, ਸਰਕਾਰ ਇਸ ਨੂੰ ਕਲੀਅਰ ਕਰੇ ਕਿ ਦੇਖੋ ਦੇਖੋ ਸਾਹਿਬ ਦੇਖੋ ਇੱਕ ਗੱਲ ਤੇ ਕਲੀਅਰ ਨੋਟ ਕਰੋ ਕੋਈ ਵੀ ਇਹਨਾਂ ਦਾ ਹੀ ਦੁਨੀਆਂ ਦੇ ਕਿਸੇ ਵੀ ਹਿੱਸੇ ਚੋਂ ਆਵੇ ਉਹਦੀ ਜਾਇਦਾਦ ਦੀ ਉਹਦੀ ਉਹਦੀ ਸੁਰੱਖਿਆ ਕਰਨੀ ਸਰਕਾਰ ਦੀ ਡਿਊਟੀ ਆ, ਅਸੀਂ ਕਰਾਂਗੇ, ਮਾਨ ਸਾਹਿਬ ਦੀ ਸਰਕਾਰ ਕਰੂਗੀ। ਦੁਨੀਆਂ ਭਰ ਦੇ ਕਿਸੇ ਕੋਨੇ ਚੋਂ ਕੋਈ ਇਹਨਾਂ ਦਾ ਹੀ ਪੰਜਾਬ ਉਹਨਾਂ ਦਾ ਪਿਛਲੇ 30-35 ਸਾਲ ਚ, ਜੇ ਅੱਜ ਪੰਜਾਬ ਜਿੱਥੇ ਖੜਾ ਇਹ ਲੀਡਰ ਜੋ ਮਰਜ਼ੀ ਕਹੀ ਜਾਣ, ਪੰਜਾਬ ਜਿੱਥੇ ਖੜਾ ਉਹਦੇ ਵਿੱਚ ਐਨ ਆਰ ਆਈ ਦੀ ਬਹੁਤ ਵੱਡੀ ਭੂਮਿਕਾ, ਐਨ ਆਰ ਆਈ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਕਰਕੇ ਕਿਸੇ ਵੀ ਐਨ ਆਰ ਆਈ ਨੂੰ ਕੋਈ ਆਂਚ ਨਹੀਂ ਆਉਣ ਦਿਆਂਗੇ ਭਾਵੇਂ ਜੋ ਮਰਜ਼ੀ, ਅਸੀਂ ਇਹਦੇ ਨਾਲ ਖੜੇ ਹਾਂ। ਦੂਜੀ ਗੱਲ, ਅਸੀਂ ਵੱਲ ਇਹ ਵੀ ਕਦੀ ਬਰਦਾਸ਼ਤ ਨਹੀਂ ਕਰਾਂਗੇ ਕਿ ਠੇਕੇਦਾਰਾਂ ਦੇ ਕੋਈ ਕਰਿੰਦੇ ਕਿਤੇ ਜਾ ਕੇ ਗੁੰਡਾਗਰਦੀ ਕਰਨ ਜਾਂ ਬਾਹਰ ਪਿੰਡਾਂ ਦੇ ਵਿੱਚ ਜਾ ਕੇ ਜਾਂ ਕਿਤੇ ਵੀ ਕੋਈ ਉਹ ਲੋਕਾਂ ਨੂੰ ਨਜਾਇਜ਼ ਤੰਗ ਕਰਨ, ਇਹ ਚੀਜ਼ ਵੀ ਪੰਜਾਬ ਬਰਦਾਸ਼ਤ ਨਹੀਂ ਕੀਤੀ। ਉਸ ਦਿਨ ਜੋ ਹੋਇਆ ਗਲਤ ਹੋਇਆ, ਬਿਲਕੁਲ ਗਲਤ ਹੋਇਆ, ਗਲਤ ਨਹੀਂ ਹੋਇਆ, 200% ਗਲਤ ਹੋਇਆ, ਬਹੁਤ ਗਲਤ ਹੋਇਆ। ਜਿਹੜੇ ਪਰਿਵਾਰ ਦੇ ਨਹੀਂ ਕੋਈ ਏਦਾਂ ਦੀ ਗੱਲ ਨੀਗੀ, ਦੇਖੋ ਬੈਠੇ ਭੈਣ ਜੀ ਬੈਠੇ ਆ, ਭਰਾ ਜੀ ਬੈਠੇ, ਇਹਨਾਂ ਨੂੰ ਤੁਸੀਂ ਪੁੱਛੋ, ਇਹਨਾਂ ਦੇ ਲਗਭਗ ਤਸੱਲੀ ਆ, ਕੋਈ ਏਦਾਂ ਦੀ ਗੱਲ ਨੀ। ਉਸ ਸਮੇਂ ਕਿਉਂਕਿ ਉਸ ਸਮੇਂ ਜਦੋਂ ਨਵੀਂ ਨਵੀਂ ਘਟਨਾ ਵਾਪਰਦੀ ਆ।